Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਤੂੰ ਤਾਂ ਨੈਣਾ ਦੇਵੀ ਤੇ ਦਿਲੋਂ ਭਰੋਸਾ ਵੀ ਨਹੀਂ ਕਰਦੀ, ਫਿਰ ਤੇਰੇ ਮਨ 'ਚ ਇਸ ਸਾਧਵੀ ਵਾਲੀ ਜ਼ਿੰਦਗੀ ਜੀਣ ਦਾ ਖਿਆਲ ਕਿਵੇਂ ਆਇਆ? ਇਹੋ ਜਿਹੀ ਜ਼ਿੰਦਗੀ ਜੀਣ ਵਾਸਤੇ ਸਾਧਨਾ ਕਰਨੀ ਪੈਂਦੀ ਹੈ, ਜਪ ਤਪ ਕਰਨਾ ਪੈਂਦਾ ਹੈ, ਪਰ ਜਪ ਤਪ ਕਰਨ ਵਾਸਤੇ ਦਿਲ 'ਚ ਸ਼ਰਧਾ ਵੀ ਤਾਂ ਹੋਣੀ ਚਾਹੀਦੀ ਹੈ। ਦੇਵ ਜੀ, ਹਾਲੋ ਮੇਰੇ ਗਹਿਣੇ। ਨੀਲਮ, ਕੀ ਤੂੰ ਸ਼ਿਓਰ ਕਿ ਤੂੰ ਇਹ ਕਰਨਾ ਚਾਹੁੰਦੀ ਹੈ? ਦੇਖ, ਇਹ ਤਾਂ ਕਰਨਾ ਸੌਖਾ ਨਹੀਂ ਹੈ, ਇਹ ਕੰਮ ਬਹੁਤ ਹੀ ਧਿਆਨ ਨਾਲ ਕਰਨ ਵਾਲਾ ਹੈ। ਜੇਲ੍ਹ ਜਾਣ ਨਾਲੋਂ ਤਾਂ ਇਹ ਹੀ ਸੌਖਾ ਹੈ, ਤੂੰ ਨਾ ਚਾਹੁੰਦਿਆਂ ਵੀ ਮੈਨੂੰ ਇਹ ਕਰਨਾ ਹੀ ਪਏਗਾ। ਹਾਂ ਨੀਲਮ, ਸਦੇਵ ਠੀਕ ਕਹਿ ਰਿਹਾ ਹੈ ਨਾ, ਬਹੁਤ ਡਿਫਿਕਲਟ ਵੇ ਆਫ ਲਾਈਫ ਹੈ, ਖਾਸ ਕਰਕੇ ਤੇਰੇ ਲਈ ਜਿਹਨੂੰ ਹਰ ਫੈਸਿਲਿਟੀ ਦੀ ਆਦਤ ਹੋਵੇ। ਤੂੰ ਇੱਕ ਵਾਰ ਫੈਸਲਾ ਲੈਣ ਤੋਂ ਪਹਿਲਾਂ ਫਿਰ ਸੋਚ ਲੈ, ਅਸੀਂ ਤੈਨੂੰ ਪਰੇਸ਼ਾਨੀ 'ਚ ਵੇਖਣਾ ਨਹੀਂ ਚਾਹੁੰਦੇ। ਹੁਣ ਮੈਂ ਫੈਸਲਾ ਲੈ ਚੁੱਕੀ ਹਾਂ ਜੀਜੂ, ਅਤੇ ਹੁਣ ਮੈਂ ਪਿੱਛੇ ਨਹੀਂ ਹਟਾਂਗੀ। ਇਹ ਡਰਾਮੇਬਾਜ਼ੀ ਚੱਲ ਕੀ ਰਹੀ ਹੈ? ਇਹ ਤਾਂ ਦਿਵਾਂਸ਼ ਨੂੰ ਮਾਰਨ ਚੱਲੀ ਸੀ ਤੇ ਅਚਾਨਕ ਇਹ ਕਾਤਿਲ ਸਾਧਨੀ ਬਣਨ ਕਿੱਥੋਂ ਤੁਰ ਪਈ? Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।